ਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਫਿਰ ਪਾਲਣੀ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਸਖ਼ਤ ਹੋਈ ਕੈਪਟਨ ਸਰਕਾਰ ਦਿਵਾਏਗੀ ਦੋਸ਼ੀਆਂ ਨੂੰ ਸਖ਼ਤ ਸਜ਼ਾ। ਮਾਈਨਿੰਗ ਮਾਮਲੇ ਤੇ ਕੈਬਨਿਟ ਮੰਤਰੀ ਤੇ ਆਪਦਾ ਨਿਸ਼ਾਨਾ, ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਕੀਤੀ ਜਾਵੇਗੀ ਕਾਰਵਾਈ ਦੀ ਮੰਗ। ਓਪਰੇਸ਼ਨ ਬਲੂ ਸਟਾਰ ਦੀ 33ਵੀਂ ਬਰਸੀ ਤੇ ਸਰਕਾਰ ਨੇ ਵਧਾਈ ਚੌਕਸੀ। ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਚੈਕਿੰਗ ਅਭਿਆਨ ਤੇਜ। ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਨਹੀਂ ਸਨ ਅੱਤਵਾਦੀ, RTI ਰਾਹੀਂ ਹੋਇਆ ਖੁਲਾਸਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ ਵਿੱਚ ਗੋਲੀਬਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਘਟਨਾਵਾਂ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਗੱਲ ਕਹੀ ਗਈ ਹੈ। ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਆਖਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਦੇ ਲਈ ਉਹ ਵਚਨਬੱਧ ਨੇ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਘਟਨਾਵਾਂ ਵਿੱਚ ਸ਼ਾਮਿਲ ਇੱਕ ਵੀ ਵਿਅਕਤੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੰਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ 3 ਮਾਮਲਿਆਂ ਦੀ ਜਾਂਚ ਦੇ ਵਿੱਚ ਤੇਜ਼ੀ ਲਿਆਉਣ ਲਈ CBI ਨੂੰ ਆਖੇ। ਬੇਅਦਬੀ ਦੀਆਂ ਇਹ ਘਟਨਾਵਾਂ ਪੰਜਾਬ ਵਿੱਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਕਾਨੂੰਨੀ ਕਾਰਵਾਈ ਹੈ। ਮਾਈਨਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਲੀਡਰ HS ਫੁਲਕਾ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ ਨੇ ਪੰਜਾਬ ਰਾਜਪਾਲ VP ਬਦਨੌਰ ਦੇ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਵੱਲੋਂ ਗਵਰਨਰ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਜਾਂਚ ਸੰਬੰਧੀ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ। HS ਫੁਲਕਾ ਨੇ ਕਿਹਾ ਕਿ ਰਾਣਾ ਗੁਰਜੀਤ ਤੋਂ ਅਸਤੀਫਾ ਲਿਆ ਜਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਦੇ ਵਿੱਚ ਕੋਈ ਵੀ ਮਿਨਿਸਟਰ ਸਰਕਾਰ ਦੇ ਨਾਲ ਬਿਜ਼ਨਸ ਕਰੇ ਉਹ ਡਿਸਕੁਆਲੀਫਿਕੇਸ਼ਨ ਆ, ਤੇ ਇਹ ਜੋ ਬੇਨਾਮੀ ਬਿਜ਼ਨਸ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਨੇ ਲਿਆ ਤੇ ਉਹ ਡਿਸਕੁਆਲੀਫਾਈ ਹੁੰਦਾ। ਇਸ ਕਰਕੇ ਅਸੀਂ ਗਵਰਨਰ ਸਾਹਿਬ ਕੋਲ ਆਏ ਹਾਂ ਕਿ ਰਾਣਾ ਗੁਰਜੀਤ ਨੂੰ ਕੈਬਨਿਟ ਤੋਂ ਡਿਸਮਿਸ ਕੀਤਾ ਜਾਵੇ, ਕੈਬਨਿਟ ਤੋਂ ਉਹਨਾਂ ਨੂੰ ਹਟਾਇਆ ਜਾਵੇ, ਤਾਂ ਉਦੋਂ ਬਾਅਦ ਜਾ ਕੇ ਕੋਈ ਇਨਕੁਆਇਰੀ ਦਾ ਸਵਾਲ ਪੈਦਾ ਹੁੰਦਾ। ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਰਜਤ ਵੀਰ ਸਿੰਘ ਸੋਢੀ ਦੀ ਮਾਂ ਨੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਜਤ ਵੀਰ ਸਿੰਘ ਸੋਢੀ ਦੀ ਮਾਂ ਆਪਣੇ ਪੁੱਤਰ ਦੀ ਮੌਤ ਅਤੇ ਉਸਦੇ ਲੱਗੇ ਇਲਜ਼ਾਮਾਂ ਨੂੰ ਨਹੀਂ ਸਹਾ ਸਕੀ, ਜਿਸ ਦੇ ਚੱਲਦੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰਜਤ ਵੀਰ ਸਿੰਘ ਸੋਢੀ ਦਾ ਬਾਪ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ। ਆਪਣੇ ਘਰ ਵਿੱਚ ਬੰਬ ਬਣਾਉਣ ਵਾਲੇ ਰਜਤ ਵੀਰ ਨੇ 2 ਦਿਨ ਪਹਿਲਾਂ ਖੁਦਕੁਸ਼ੀ ਕੀਤੀ ਸੀ। ਇਸ ਪੂਰੀ ਘਟਨਾ ਤੋਂ ਬਾਅਦ ਉਹਨਾਂ ਦਾ ਘਰ ਸੁੰਨਸਾਨ ਹੋ ਗਿਆ। ਰਜਤ ਵੀਰ ਦੇ ਸਾਥੀ ਉਸਦੇ ਪਿਤਾ ਹਰਪ੍ਰੀਤ ਸਿੰਘ ਦਾ ਪੁਲਿਸ 5 ਦਿਨ ਦਾ ਰਿਮਾਂਡ ਲੈ ਚੁੱਕੀ ਹੈ। ਤੇ ਓਪਰੇਸ਼ਨ ਬਲੂ ਸਟਾਰ ਦੀ 33ਵੀਂ ਬਰਸੀ ਦੇ ਮੌਕੇ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਦੇ DGP ਸੁਰੇਸ਼ ਅਰੋੜਾ ਅੰਮ੍ਰਿਤਸਰ ਆਏ। ਉਹਨਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। DGP ਸੁਰੇਸ਼ ਅਰੋੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਵੀ ਹੋਏ। ਉਹਨਾਂ ਨੇ ਦੱਸਿਆ ਕਿ ਬਲੂ ਸਟਾਰ ਓਪਰੇਸ਼ਨ ਦੀ 33ਵੀਂ ਬਰਸੀ ਦੇ ਮੌਕੇ ਤੇ ਸ਼ਾਂਤੀਪੂਰਨ ਮਾਹੌਲ ਬਣਿਆ ਹੋਇਆ। ਉਮੀਦ ਕਰਦੇ ਹਾਂ ਕਿ ਸੁਰੱਖਿਆ ਦੇ ਇੰਤਜ਼ਾਮ ਇਸ ਵਾਰ ਵੀ ਸ਼ਾਂਤੀ ਬਣਾਏ ਰੱਖਣ ਵਿੱਚ ਕਾਮਯਾਬ ਹੋਣਗੇ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਘੱਲੂਘਾਰੇ ਹਫ਼ਤੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਭਾਰੀ ਮਾਤਰਾ 'ਚ ਫੋਰਸ ਨੂੰ ਤੈਨਾਤ ਕੀਤਾ ਗਿਆ ਤਾਂ ਕਿ ਹਰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣੀ ਰਹੇ। ਇਸ ਦੌਰਾਨ 15 ਪੈਰਾ ਮਿਲਟਰੀ ਫੋਰਸ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਭੇਜੀਆਂ ਗਈਆਂ ਨੇ। ਤੇ ਰੱਖਿਆ ਏਜੰਸੀਆਂ ਵੱਲੋਂ ਘੱਲੂਘਾਰਾ ਹਫ਼ਤੇ ਤੇ ਕਿਸੇ ਵਾਰਦਾਤ ਦੇ ਡਰ ਦੇ ਚੱਲਦੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ, ਜਿਸ ਦੇ ਚੱਲਦੇ
ਫਰੀਦਕੋਟ ਪੁਲਿਸ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਉੱਤੇ ਚੈਕਿੰਗ ਕੀਤੀ ਗਈ। ਸ਼ਹਿਰ ਦੇ ਹਰ ਮੁੱਖ ਰਸਤੇ ਉੱਤੇ ਨਾਕੇਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ। ਇਸੇ ਕੜੀ 'ਚ ਸਰਹੱਦੀ ਇਲਾਕਿਆਂ 'ਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪਠਾਨਕੋਟ ਏਅਰਬੇਸ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ। ਪਿਛਲੇ ਕੁਝ ਹਫ਼ਤੇ ਤੋਂ ਲਗਾਤਾਰ ਅੱਤਵਾਦੀ ਹਮਲੇ ਦੀ ਮਿਲ ਰਹੀ ਇਨਪੁੱਟ ਦੇ ਚੱਲਦੇ ਸਮੇਂ-ਸਮੇਂ 'ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ। ਹੁਣ ਪਿਛਲੇ ਕੁਝ ਦਿਨਾਂ ਤੋਂ ਅਲਰਟ ਵੀ ਜਾਰੀ ਕੀਤਾ ਗਿਆ, ਜਿਸ ਨੂੰ ਲੈ ਕੇ ਪਠਾਨਕੋਟ ਵਿੱਚ BSF ਦੀ ਇੱਕ ਬਟਾਲੀਅਨ ਤੈਨਾਤ ਕੀਤੀ ਗਈ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਕਥਿਤ ਨਜਾਇਜ਼ ਫੀਸਾਂ ਤੇ ਮਾਪਿਆਂ ਦੇ ਕਰਾਏ ਜਾਂਦੇ ਹੋਰ ਵਾਧੂ ਖਰਚਿਆਂ ਤੇ ਨੱਥ ਪਾਉਣ ਲਈ CBSE ਨੇ ਨਵਾਂ ਕਦਮ ਚੁੱਕਿਆ। CBSE ਨੇ ਸਕੂਲਾਂ ਤੋਂ ਫੀਸ ਦੇ ਢਾਂਚੇ ਤੋਂ ਪਿਛਲੇ ਸਾਲਾਂ ਵਿੱਚ ਫੀਸਾਂ ਦੇ ਕੀਤੇ ਵਾਧੇ ਬਾਰੇ ਜਾਣਕਾਰੀ ਮੰਗੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ CBSE ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਵਰਦੀਆਂ ਅਤੇ ਕਿਤਾਬਾਂ ਦੇ ਨਾਮ ਤੇ ਮਾਪਿਆਂ ਦੀ ਕੀਤੀ ਜਾਂਦੀ ਵਿੱਤੀ ਲੁੱਟ ਖਿਲਾਫ਼ ਤਾੜਨਾ ਕੀਤੀ ਸੀ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਖ਼ਬਰ ਨੂੰ ਪੁਖਤਾ ਕੀਤਾ। ਉਹਨਾਂ ਕਿਹਾ ਕਿ ਸਕੂਲਾਂ ਨੂੰ ਨਜਾਇਜ਼ ਫੀਸਾਂ ਵਸੂਲਣ ਤੋਂ ਵਰਜਿਆ ਜਾ ਰਿਹਾ। ਉਹਨਾਂ ਕਿਹਾ ਕਿ ਉਹ ਨਜਾਇਜ਼ ਫੀਸਾਂ ਨਾ ਵਸੂਲਣ ਅਤੇ ਨਾ ਹੀ ਕੋਈ ਵਾਧੂ ਖਰਚੇ ਮਾਪਿਆਂ 'ਤੇ ਪਾਉਣ। ਨਾਲ ਹੀ ਉਹਨਾਂ ਕਿਹਾ ਕਿ ਸਕੂਲਾਂ ਤੋਂ ਫੀਸ ਦੇ ਢਾਂਚੇ ਫੀਸਾਂ ਵਿੱਚ ਕੀਤੇ ਵਾਧੇ ਦਾ ਡੇਟਾ ਮੰਗਿਆ ਗਿਆ। ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਜਸਟਿਸ ਫਾਊਂਡੇਸ਼ਨ ਦੇ ਮੈਂਬਰ ਨਵਦੀਪ ਗੁਪਤਾ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ਼ 6 ਜੂਨ 1984 ਤੱਕ ਨਾ ਤਾਂ ਕਿਤੇ ਕੋਈ FIR ਦਰਜ ਹੋਈ ਅਤੇ ਨਾ ਹੀ ਉਹਨਾਂ ਨੂੰ ਅੱਤਵਾਦੀ ਐਲਾਨਿਆ ਗਿਆ ਸੀ। ਉਹਨਾਂ ਕਿਹਾ ਕਿ ਇਹ ਖੁਲਾਸਾ RTI ਤੋਂ ਮੰਗੀ ਜਾਣਕਾਰੀ ਤੋਂ ਪ੍ਰਾਪਤ ਹੋਇਆ। ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਜਾਣਕਾਰੀ RTI ਤਹਿਤ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਭੇਜੀ ਹੈ। ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਵਿਕਾਸ ਤੋਂ ਮੰਗੀ ਜਾਣਕਾਰੀ 'ਚ ਇਹ ਸਾਰਾ ਖੁਲਾਸਾ ਕੀਤਾ ਗਿਆ। ਦੱਸ ਦਈਏ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ, ਭਾਈ ਹਮਰੀਕ ਸਿੰਘ ਅਤੇ 34 ਹੋਰ ਦੀਆਂ ਲਾਸ਼ਾਂ ਹਤਿਆਰਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠਲੀ ਮੰਜ਼ਿਲ ਤੋਂ ਮਿਲੀਆਂ ਸਨ। ਇਸ ਸੰਬੰਧ ਵਿੱਚ ਫੌਜ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਸੀਂ ਗੌਰਮੈਂਟ ਰਿਕਾਰਡ ਇਕੱਠਾ ਕੀਤਾ ਜਿਹਦੇ ਵਿੱਚ ਪਤਾ ਲੱਗਿਆ ਕਿ 6 ਜੂਨ 1984 ਨੂੰ ਜਦੋਂ ਸੰਤ ਜੀ ਦੀ ਡੈਥ ਹੋਈ ਹੈ ਉਦੋਂ ਉਹਨਾਂ ਦੇ ਉੱਪਰ ਕੋਈ ਵੀ FIR ਨਹੀਂ ਸੀ ਔਰ ਰਿਕਾਰਡ ਦੇ ਮੁਤਾਬਿਕ ਉਹਨਾਂ ਨੂੰ ਕਦੀ ਵੀ ਟੈਰੋਰਿਸਟ ਨਹੀਂ ਐਲਾਨਿਆ ਗਿਆ। ਜਦੋਂ ਇੱਕ ਬੰਦੇ ਨੂੰ ਟੈਰੋਰਿਸਟ ਐਲਾਨਿਆ ਨਹੀਂ ਗਿਆ ਉਹਦੇ ਖਿਲਾਫ਼ ਕੋਈ FIR ਹੈ ਨਹੀਂ, ਫਿਰ ਦੱਸੋ ਸਾਨੂੰ ਕਿਸ ਨੇ ਹੱਕ ਦਿੱਤਾ ਕਿ ਅਸੀਂ ਇਹ ਕਹੀਏ ਵੀ ਉਹ ਟੈਰੋਰਿਸਟ ਸੀ। ਅਤੇ ਅੱਜ ਦਾ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ ਅੱਜ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ। 2 ਜੂਨ 1947 ਉਹਨਾਂ ਦਾ ਡੇਟ ਆਫ ਬਰਥ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਕੈਪਟਨ ਨੂੰ ਆਪਣਾ ਦਿੱਲੀ ਵਾਲਾ ਘਰ ਖਾਲੀ ਕਰਨ ਦੇ ਹੁਕਮ ਸੁਣਾਏ ਨੇ। ਕੈਪਟਨ ਨੂੰ ਜਨਪਤ ਸਥਿਤ ਬੰਗਲਾ ਉਸ ਸਮੇਂ ਅਲਾਟ ਹੋਇਆ ਸੀ ਜਦੋਂ ਉਹ ਸਾਂਸਦ ਸਨ। ਅਦਾਲਤ ਨੇ ਕਿਹਾ ਕਿ ਕੈਪਟਨ ਨੇ ਬੰਗਲੇ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਅਦਾਲਤ ਨੇ ਹੁਕਮ ਵਿੱਚ ਆਖਿਆ ਹੈ ਕਿ ਕੈਪਟਨ ਸਰਕਾਰੀ ਬੰਗਲਾ ਤੁਰੰਤ ਖਾਲੀ ਕਰਨ, ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਮਾਰਕੀਟ ਦੇ ਹਿਸਾਬ ਨਾਲ ਕਿਰਾਇਆ ਦੇਣਾ ਹੋਵੇਗਾ। ਸਟੇਟ ਆਫਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕੈਪਟਨ ਨੇ ਸਰਕਾਰੀ ਘਰ ਉੱਤੇ December 2016 ਤੋਂ ਕਬਜ਼ਾ ਕੀਤਾ ਹੋਇਆ। ਹਾਲਾਂਕਿ ਕੈਪਟਨ ਲੋਕ ਸਭਾ ਤੋਂ ਚੇਅਰਪਰਸਨ ਬੰਗਲਾ ਦੇਣ ਲਈ ਮਨੁੱਖੀ ਅਪੀਲ ਵੀ ਕੀਤੀ ਹੈ। ਇਹ ਦਲੀਲ ਵੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਪੰਜਾਬ, UP ਅਤੇ ਉੱਤਰਾਖੰਡ ਤੋਂ 14 ਵੋਟਿੰਗ ਮਸ਼ੀਨਾਂ ਮੰਗਵਾਈਆਂ ਨੇ ਜਿਨ੍ਹਾਂ ਦਾ ਇਸਤੇਮਾਲ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ। AVM ਨੂੰ ਹੈਕ ਕਰਨ ਦੀ ਚੁਣੌਤੀ ਵਿੱਚ ਕਾਂਗਰਸ ਪਾਰਟੀ ਤੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਹਿੱਸਾ ਲੈਣਗੀਆਂ। UP, ਪੰਜਾਬ ਅਤੇ ਉੱਤਰਾਖੰਡ ਤੋਂ ਮੰਗਵਾਈਆਂ 14 ਮਸ਼ੀਨਾਂ ਬਾਰੇ ਦੋਵਾਂ ਦਲਾਂ ਨੇ ਚੁਣੌਤੀ ਦੌਰਾਨ ਹੈਕਿੰਗ ਲਈ EVM ਬਾਰੇ ਆਪਣੀ ਪ੍ਰਾਥਮਿਕਤਾ ਨਹੀਂ ਦੱਸੀ। ਅਜਿਹੇ ਵਿੱਚ ਚੋਣ ਕਮਿਸ਼ਨ ਨੇ 14 ਮਸ਼ੀਨਾਂ ਦਿੱਲੀ ਮੰਗਵਾ ਲਈਆਂ ਨੇ। ਇਹ ਮਸ਼ੀਨਾਂ ਉੱਤਰ ਪ੍ਰਦੇਸ਼ ਗਾਜ਼ੀਆਬਾਦ ਦੇ ਗੌਤਮ ਬੁੱਧ ਨਗਰ, ਪੰਜਾਬ ਦੇ ਪਟਿਆਲਾ ਅਤੇ ਬਠਿੰਡਾ ਤੋਂ
ਉੱਤਰਾਖੰਡ ਦੇ ਦੇਹਰਾਦੂਨ ਤੋਂ ਮੰਗਵਾਈਆਂ ਨੇ। ਇਹ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਇਸ ਚੁਣੌਤੀ ਵਿੱਚ ਹਿੱਸਾ ਲੈਣ ਵਾਲੇ ਹਰ ਰਾਜਨੀਤਿਕ ਦਲ ਜ਼ਿਆਦਾਤਰ 4 AVM ਦਾ ਉਪਯੋਗ ਕਰ ਸਕਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਮੁਸੀਬਤ ਵਿੱਚ ਘਿਰੇ ਨੇ। ਕਥਿਤ PWD ਘੁਟਾਲੇ ਵਿੱਚ ACB ਵੱਲੋਂ ਕੇਜਰੀਵਾਲ ਖਿਲਾਫ 3 ਮੁਕੱਦਮੇ ਦਰਜ ਕੀਤੇ ਗਏ ਨੇ। ਐਂਟੀ ਕਰਪਸ਼ਨ ਬਿਊਰੋ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਖਿਲਾਫ ਕਥਿਤ PWD ਘੁਟਾਲੇ 3 ਮਾਮਲੇ ਦਰਜ ਕੀਤੇ ਨੇ। ਕੇਜਰੀਵਾਲ ਤੋਂ ਇਲਾਵਾ ਉਸਦੇ ਸਾਥੀ ਸੁਰਿੰਦਰ ਬਾਂਸਲ ਦਾ ਨਾਮ ਵੀ FIR ਵਿੱਚ ਸ਼ਾਮਿਲ ਹੈ। 6 ਜੂਨ ਨੂੰ ਮਨਾਏ ਜਾ ਰਹੇ ਓਪਰੇਸ਼ਨ ਬਲੂ ਸਟਾਰ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪਿਛਲੇ ਕਈ ਦਿਨਾਂ ਤੋਂ ਚਲਾਏ ਜਾ ਰਹੇ ਸਮਝੌਤਾ ਐਕਸਪ੍ਰੈਸ ਲੀਹੋਂ ਲੱਥਦੀ ਹੋਈ ਨਜ਼ਰ ਆ ਰਹੀ ਹੈ। ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ 'ਤੇ ਪ੍ਰਸ਼ਨ ਚਿੰਨ੍ਹ ਲਾਇਆ। ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਜੇ ਉਹਨਾਂ ਵੱਲੋਂ ਸੰਦੇਸ਼ ਪੜਿਆ ਗਿਆ ਤਾਂ ਵਿਰੋਧ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਸ਼੍ਰੋਮਣੀ ਕਮੇਟੀ ਵਿਰੋਧ ਨੂੰ ਦਬਾਉਣ ਦੀ ਨੀਤੀ ਨੂੰ ਅੰਤਿਮ ਸੋਹਾ ਦੇਣ 'ਤੇ ਲੱਗੀ ਹੋਈ ਹੈ। ਅਤੇ ਮਲੇਸ਼ੀਆ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੀ ਬੇਅਦਬੀ ਦੀ ਘਟਨਾ ਕਾਰਨ ਉੱਥੋਂ ਦੇ ਸਿੱਖਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਸਿੱਖਾਂ ਦੀ ਅਗਵਾਈ ਵਾਲੀ ਮਲੇਸ਼ੀਆ ਨੈਸ਼ਨਲ ਸਿੱਖ ਮੂਵਮੈਂਟ ਨੇ ਇਸ ਨੂੰ ਲੈ ਕੇ ਇਪੋਹ ਸੈਂਟਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਉਹਨਾਂ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਦੇ ਖਿਲਾਫ਼ ਕਰਵਾਈ ਗਈ ਹੈ ਜੋ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੀ ਤਸਵੀਰ ਵਾਲੀਆਂ ਚੱਪਲਾਂ ਬਣਾ ਰਹੇ ਨੇ। ਸੰਗਠਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਟਸਐਪ 'ਤੇ ਬੇਅਦਬੀ ਵਾਲੀਆਂ ਤਸਵੀਰਾਂ ਮਿਲੀਆਂ ਅਤੇ ਇਹ ਦੇਖ ਕੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਡਾਕਟਰ ਲਿਊ ਵਡਕਰ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਉਹ ਭਾਰਤੀ ਮੂਲ ਦੇ ਨੇ ਅਤੇ 38 ਸਾਲ ਦੇ ਵਡਕਰ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਨੇ। ਜ਼ਿਕਰਯੋਗ ਹੈ ਚੋਣਾਂ 'ਚ 100% ਵੋਟਿੰਗ ਹੋਈ ਸੀ, ਉਹਨਾਂ ਨੂੰ 60% ਵੋਟਾਂ ਮਿਲੀਆਂ ਨੇ। 2015 'ਚ ਸਥਿਤ ਮੰਤਰੀ ਲਿਊ ਵਡਕਰ ਨੇ ਸਵੀਕਾਰ ਕੀਤਾ ਸੀ ਕਿ ਉਹ ਗੇ ਨੇ। ਲਿਊ ਦਾ ਸੰਬੰਧ ਭਾਰਤ ਦੇ ਨਾਲ ਹੈ। ਅਸਲ 'ਚ ਵਡਕਰ ਮੁੰਬਈ ਦੇ ਇੱਕ ਡਾਕਟਰ ਦੇ ਬੇਟੇ ਨੇ। ਆਸਟ੍ਰੇਲੀਆ ਨਿਊਜ਼ੀਲੈਂਡ ਵਿਚਾਲੇ ਚੈਂਪੀਅਨ ਟਰਾਫੀ ਦਾ ਸ਼ੁੱਕਰਵਾਰ ਨੂੰ ਆਗਾਜ਼ ਹੋਇਆ। ਗਰੁੱਪ 1 ਦਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਅਤੇ ਕੋਈ ਨਤੀਜਾ ਸਾਹਮਣੇ ਨਹੀਂ ਆ ਸਕਿਆ। ਦੋਵਾਂ ਟੀਮਾਂ ਨੂੰ 1-1 ਅੰਕ ਮਿਲ ਗਿਆ। ਇਹ ਮੁਕਾਬਲਾ ਸ਼ੁਰੂਆਤ ਤੋਂ ਹੀ ਮੀਂਹ ਦੇ ਵਿਚਾਲੇ ਹੋ ਰਿਹਾ ਸੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 45 ਓਨਰ 'ਚ 291 ਦੌੜਾਂ ਬਣਾਈਆਂ ਸਨ, ਪਰ ਆਸਟ੍ਰੇਲੀਆ ਦੀ ਪਾਰੀ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਫਿਰ ਮੀਂਹ ਸ਼ੁਰੂ ਹੋ ਗਿਆ ਅਤੇ ਆਸਟ੍ਰੇਲੀਆ ਨੇ 33 ਓਵਰ 'ਚ 235 ਦੌੜਾਂ ਕਰ ਦਿੱਤੀਆਂ ਸਨ। ਅਤੇ ਪੰਜਾਬੀ ਖਬਰਾਂ ਬੁਲੇਟਿਨ 'ਚ ਫਿਲਹਾਲ ਬਸ ਇੰਨਾ ਹੀ। ਨਵੀਆਂ ਅਤੇ ਤਾਜ਼ਾ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਸਿੱਖ TV। ਧੰਨਵਾਦ।